ਮੈਂ ਢੀਂਡਸੇ ਵਰਗੇ ਆਮ ਬੰਦਿਆਂ ਵਾਸਤੇ ਇੱਕੋ ਹੀ ਲਫ਼ਜ਼ ਯੂਜ ਕਰੂੰਗਾ, ਥੁੱਕ ਲਿਆ ਚੱਟ ਲਿਆ, ਥੁੱਕ ਲਿਆ ਚੱਟ ਲਿਆ, ਬਸ ਇੱਕੋ ਹੀ ਕੰਮ ਹੈ ਇਹਨਾਂ ਕੋਲੇ। ਪੰਜਾਬ ਦਾ ਬੇੜਾ ਬਹਾਤਾ ਉਹ ਪੰਜਾਬ ਦਾ ਅਤੇ ਸਿੱਖ ਧਰਮ ਦਾ ਜਿਹੜਾ ਤੁਸੀਂ ਬੇੜਾ ਬਹਾਇਆ ਹੈ, ਉਹ ਸਿੱਖਾਂ ਨੂੰ ਇਨਸਾਫ ਕਦੋਂ ਦਿਓਗੇ? ਸਿੱਖਾਂ ਦੀਆਂ ਰੂਹਾਂ, ਸਿੱਖਾਂ ਦੇ ਬੱਚੇ ਨਸ਼ੇ ਨਾਲ ਤੜਫ ਤੜਫ ਕੇ ਮਰ ਰਹੇ ਹੈ, ਉਹ ਤੁਹਾਡੀ ਦੇਣ ਹੈ? ਥੁੱਕ ਲਿਆ ਅਤੇ ਚੱਟ ਲਿਆ। ਪੰਥ ਨੂੰ ਬਚਾਉਣਾ ਅਸੀਂ, ਇਕੱਠੇ ਹੋ ਕੇ ਪੰਥ ਤਾਂ ਹੀ ਬਚ ਸਕਦਾ ਜੇ ਅਸੀਂ ਇਕੱਠੇ ਹੋਵਾਂਗੇ। ਉਹੀ ਬਾਦਲ ਕੇ ਕਹਿੰਦੇ ਕਹਿੰਦੇ ਸੀ, ਉਹ ਅਕਾਲੀ ਦਲ ਹੈ ਜਿਹੜਾ ਕਹਿੰਦਾ ਕਾਤਲ ਹਵਾਰਾ ਕੌਮ ਨੂੰ ਕੀ ਸੇਧ ਦੇ ਦੂ। ਬੇਕਸੂਰ ਹਜ਼ਾਰਾਂ ਨੌਜਵਾਨ ਜਿਹੜੇ ਘਰਾਂ 'ਚੋਂ ਚੱਕ ਕੇ ਮਾਰੇ, ਅਤੇ ਇਹ ਸਮੇਤ ਸੈਣੀ ਨੂੰ ਇਹਨਾਂ ਨੇ DGP ਲਾ ਕੇ ਰੱਖਿਆ। ਡਾਇਨਾਸੌਰ ਤਾਂ ਵਾਪਸ ਆ ਸਕਦਾ, ਪਰ ਅਕਾਲੀ ਕਦੇ ਵੀ ਵਾਪਸ ਨਹੀਂ ਆ ਸਕਦੀ, ਇਹ ਨਹੀਂ ਆ ਸਕਦੇ। ਇਹਨਾਂ ਨੇ ਸਿੱਖ ਧਰਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੋਕਰਾਏ TV ਦੇਖ ਰਹੇ ਹੋ, ਮੈਂ ਹਾਂ ਪਰਮਿੰਦਰ ਸਿੰਘ। ਅੱਜ ਚੰਡੀਗੜ੍ਹ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਆਪਣੀ ਪਾਰਟੀ ਦੇ ਦਾ ਰਲੇਵਾਂ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਕਰਨ ਜਾ ਰਹੇ ਨੇ। ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰ ਰਹੇ ਨੇ। ਮੇਰੇ ਨਾਲ ਪਰਮਿੰਦਰ ਸਿੰਘ ਬਾਦਲ ਨੇ ਗੱਲਬਾਤ ਕਰਦੇ ਹਾਂ। ਮਲਨੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕਿਵੇਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਆਪਣੀ ਜਿਹੜੀ ਪਾਰਟੀ ਸੀ ਉਹਦਾ ਰਲੇਵਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਰਤਾ, ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਅੱਜ ਪ੍ਰੈਸ ਕਾਨਫਰੰਸ ਵੀ ਹੋਈ, ਉਹ ਕਹਿੰਦੇ ਘਰ ਵਾਪਸੀ ਹੋਈ ਅਕਾਲੀ ਦਲ ਦੇ ਵਿੱਚ? ਬਹੁਤ ਵਧੀਆ ਗੱਲ ਹੈ ਕਿ ਪਹਿਲੀ ਗੱਲ ਤਾਂ ਮੈਂ ਕਹੂੰ ਢੀਂਡਸਾ ਸਾਹਿਬ ਨੇ ਘਰ ਵਾਪਸੀ ਕੀਤੀ ਹੈ ਅਤੇ ਉਹਨਾਂ ਨੂੰ ਵਧਾਈ ਹੋਵੇ। ਪਰ ਮੈਂ ਕੁਝ ਗੱਲਾਂ ਅਤੇ ਕੁਝ ਕੁਐਸਚਨ ਇਸ ਗੱਲ 'ਤੇ ਜ਼ਰੂਰ ਉੱਭਰਨੇ ਜਿਹੜੇ ਹੈ ਉਹ ਸੁਭਾਵਿਕ ਹੈ ਕਿ ਢੀਂਡਸਾ ਸਾਹਿਬ ਤਾਂ ਇਹ ਗੱਲ ਬਿਆਨ ਦਿੰਦੇ ਸੀਗੇ ਕਿ ਜਿਹੜਾ ਸਰਸੇ ਵਾਲੇ ਨੂੰ ਪੋਸ਼ਾਕ ਜਿਹੜੀ ਹੈਗੀ ਹੈ ਭੇਜੀ ਸੀਗੀ, ਜਦੋਂ ਸਲਾਵਤਪੁਰੇ ਡੇਰੇ ਦੇ ਵਿੱਚ ਉਹਨੇ ਸਮਾਗ ਰਚਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਅਤੇ ਉਹ ਪੋਸ਼ਾਕ ਸੁਖਬੀਰ ਬਾਦਲ ਨੇ ਭੇਜੀ ਸੀ ਅਤੇ ਚੰਦੂ ਮਾਜਰਾ ਦੇ ਕੇ ਆਇਆ ਸੀ। ਕੀ ਹੁਣ ਉਹ ਜਿਹੜਾ ਹੈ ਸੁਖਬੀਰ ਬਾਦਲ ਦੁੱਧ ਤੋਤਾ ਹੋ ਗਿਆ? ਕੀ ਉਹ ਹੁਣ ਜਿਹੜੀ ਪੋਸ਼ਾਕ ਦਿੱਤੀ ਸੀ ਸਰਸੇ ਵਾਲੇ ਨੂੰ, ਕੀ ਉਹ ਹੁਣ ਸਰਸੇ ਵਾਲਿਆਂ ਨਾਲ ਰਲ ਗਿਆ ਢੀਂਡਸਾ? ਫਿਰ ਮੈਂ ਪੁੱਛਣਾ ਚਾਹੁੰਦਾ ਕਿ ਉਸ ਤੋਂ ਬਾਅਦ ਇਹਨਾਂ ਨੇ ਦੂਸ਼ਣ ਲਾਏ ਬਹੁਤ ਵੱਡੇ ਸੁਖਬੀਰ ਬਾਦਲ 'ਤੇ ਕਿ ਇਹਨਾਂ ਨੇ ਜੀ ਗੁਰੂ ਗ੍ਰੰਥ ਸਾਹਿਬ ਦੀਆਂ, ਜੇ ਉਹਨਾਂ ਨੇ ਜਦੋਂ ਇਹ ਵੱਖਰੇ ਹੋਏ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਅਤੇ ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ ਅਤੇ ਅਸੀਂ ਰੌਲਾ ਪਾਉਂਦੇ ਸੀ ਅੰਦਰ ਮੀਟਿੰਗਾਂ 'ਚ, ਸਾਡੀ ਸੁਣਵਾਈ ਨਹੀਂ ਸੀ ਹੁੰਦੀ, ਅਤੇ ਕੀ ਹੁਣ ਉਹ ਦੁੱਧ ਧੋਤੇ ਹੋ ਗਏ ਹੁਣ ਤੁਹਾਡੀ ਸੁਣਵਾਈ ਹੋ ਜੂਗੀ? ਕੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ ਹੁਣ ਮਿਲ ਗਿਆ? ਕੀ ਜਿਹੜੇ ਬਾਈਬਲ ਕਲਾਂ ਦੇ ਵਿੱਚ ਦੋ ਸਿੱਖ ਮਾਰੇ ਸੀ ਢੀਂਡਸਾ ਸਾਹਿਬ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਉਹ ਜਿਹੜੇ ਮਾਵਾਂ ਦੇ ਦੋ ਪੁੱਤ ਮਾਰੇ ਸੀ ਅਤੇ ਉਦੋਂ ਵੀ ਤੁਸੀਂ ਅਕਾਲੀਆਂ ਦੇ ਵਿੱਚ ਸੀ ਅਤੇ ਹੁਣ ਵੀ ਤੁਸੀਂ ਉਸੇ ਨਾਲ ਰਲ ਗਏ, ਕੀ ਹੁਣ ਉਹਨਾਂ ਦਾ ਇਨਸਾਫ ਮਿਲ ਗਿਆ? ਇਸ ਕਰਕੇ ਮੈਂ ਫਿਰ ਜਦੋਂ ਅੰਮ੍ਰਿਤਪਾਲ ਨੂੰ ਅਤੇ ਉਹਦੇ ਸਾਥੀਆਂ ਨੂੰ ਡਿਬਰੂਗੜ੍ਹ ਭੇਜਿਆ ਤਾਂ ਹਰਸਿਮਰਤ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਰੌਲਾ ਪਾਇਆ ਕਿ ਜਿਹੜਾ ਹੈ ਇਹਨਾਂ ਨੂੰ ਕਿਉਂ ਨਹੀਂ ਪੁਲਿਸ ਫੜਦੀ, ਇਹਨਾਂ 'ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ, ਇਹਨਾਂ ਨੂੰ ਜੇਲ੍ਹਾਂ 'ਚ ਸਿੱਟਣਾ ਚਾਹੀਦਾ। ਇੱਕ ਪਾਸੇ ਤਾਂ ਇਹ ਕਹਿੰਦਾ ਅਕਾਲੀ ਦਲ ਕਿ NSA ਜਾਂ
ਇਹ ਜਿਹੜੇ ਇਸ ਤਰ੍ਹਾਂ ਦੇ ਕਾਨੂੰਨ ਆ ਉਹ ਨਹੀਂ ਹੋਣੇ ਚਾਹੀਦੇ। ਇੱਕ ਪਾਸੇ ਉਹਨਾਂ ਨੇ NSA ਲਾ ਕੇ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹਾਂ ਦੇ ਵਿੱਚ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਪਹੁੰਚਾਇਆ, ਅਤੇ ਜੇ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਉਦੋਂ ਢੀਂਡਸਾ ਸਾਹਿਬ ਕਹਿੰਦੇ ਜੀ ਵੀ ਇਹ ਮਾੜੀ ਗੱਲ ਹੈ ਅੰਮ੍ਰਿਤਪਾਲ ਦੇ, ਅਤੇ ਕੀ ਅੱਜ ਅੰਮ੍ਰਿਤਪਾਲ ਅਤੇ ਜਿਹੜੇ ਉਹਦੇ ਸਾਥੀ ਹੈ ਉਹਨਾਂ ਨੂੰ ਪਹੁੰਚਾਉਣ ਵਾਲੇ ਉਹ ਸਹੀ ਹੋ ਗਏ? ਅਤੇ ਮੈਂ ਇਹੀ ਗੱਲਾਂ ਉਹਨਾਂ ਤੋਂ ਪੁੱਛਦਾ, ਅਤੇ ਪਰ ਮੈਂ ਅਖੀਰ ਦੇ ਵਿੱਚ ਇੱਕ ਗੱਲ ਜ਼ਰੂਰ ਜ਼ਬਰਦਸਤ ਢੰਗ ਨਾਲ ਕਹਿਣੀ ਚਾਹੁੰਦਾ ਕਿ ਜਦੋਂ ਅਕਾਲੀ ਦਲ ਨੇ ਇੰਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ ਕਿ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਲਾਪਤਾ ਕੀਤੇ ਹੈ, ਕੀ ਉਹ 328 ਸਰੂਪ ਹੁਣ ਮਿਲ ਗਏ? 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਉਹ ਮਿਲ ਗਏ? ਇਹ ਜਿਹੜੇ ਅਕਾਲੀ ਦਲ ਨੇ ਅਕਾਲੀ ਦਲ ਨੂੰ ਕਲੰਕਿਤ ਕੀਤਾ, ਇਹਨਾਂ ਨੇ ਬਿਲਕੁਲ ਸਿੱਖ ਧਰਮ ਦੀ, ਸਿੱਖ ਕੌਮ ਦੀ, ਸਿੱਖ ਨੌਜਵਾਨਾਂ ਦੀ ਅਤੇ ਸਿੱਖ ਸਾਡੇ ਸਿਧਾਂਤਾਂ ਦਾ ਇਹਨਾਂ ਨੇ ਮਲੀਆ ਮੇਟ ਕਰ ਦਿੱਤਾ। ਅਤੇ ਮੈਂ ਢੀਂਡਸੇ ਵਰਗੇ ਆਮ ਬੰਦਿਆਂ ਵਾਸਤੇ ਇੱਕੋ ਹੀ ਲਫ਼ਜ਼ ਯੂਜ ਕਰੂੰਗਾ, ਥੁੱਕ ਲਿਆ ਚੱਟ ਲਿਆ, ਥੁੱਕ ਲਿਆ ਚੱਟ ਲਿਆ। ਬਸ ਇੱਕੋ ਹੀ ਕੰਮ ਇਹਨਾਂ ਕੋਲ, ਇਹੀ ਕੰਮ ਰਹਿ ਗਿਆ। ਉਹਦੇ ਤਾਂ ਤੁਸੀਂ ਥੁੱਕਤੇ ਸੀ ਵੀ ਅਕਾਲੀ ਦਲ ਮਾੜਾ, ਉਹਨੇ ਐਂ ਕਰਿਆ, ਜੇ ਵੋ ਕਰਿਆ, ਹੁਣ ਫਿਰ ਚੱਟ ਲਿਆ ਥੁੱਕ ਕੇ? ਜੇ ਸਿੱਖ ਧਰਮ ਦੇ ਵਿੱਚ ਥੁੱਕ ਕੇ ਚੱਟਣਾ ਕਿਤੇ ਨਹੀਂ ਲਿਖਿਆ, ਉਹ ਤਾਂ ਸਿਰ ਦਿੱਤਾ ਜਾਂਦਾ ਜਾਂ ਸਿਧਾਂਤ ਦੇ ਵਿੱਚ ਖਰੇ ਉਤਰਨਾ, ਜੇ ਸਿਧਾਂਤ ਨਹੀਂ ਜੇ ਸਿਧਾਂਤ 'ਚ ਨਹੀਂ ਉਤਰਨਾ ਤਾਂ ਸਿਰ ਦਿੱਤੇ ਜਾਂਦੇ ਆ, ਸੀਸ ਦਿੱਤੇ ਜਾਂਦੇ ਆ। ਇਹ ਅਕਾਲੀ ਦਲ ਦਾ ਸਿਧਾਂਤ ਕਿਤੇ ਨਹੀਂ ਰਿਹਾ ਕਿ ਥੁੱਕ ਕੇ ਚੱਟ ਲਿਆ ਹੋਵੇ। ਕਦੇ ਅੱਜ ਤੱਕ ਅਕਾਲੀ ਦਲ ਦੇ ਵਿੱਚ ਥੁੱਕ ਕੇ ਨਹੀਂ ਚੱਟ ਲਿਆ। ਅੱਜ ਦੀ ਸਿਆਸਤ ਮੈਂ ਕਹੂੰ ਐਡੀ ਗਟਰ ਨਾਲੋਂ ਗੰਦੀ ਹੋ ਗਈ ਕਿ ਕੋਈ ਪਤਾ ਹੀ ਨਹੀਂ ਲੱਗਦਾ ਕਿ ਅੱਜ ਉਹਨੇ ਥੁੱਕ ਕੇ ਉੱਧਰ ਚੱਟ ਲਿਆ, ਕੱਲ੍ਹ ਨੂੰ ਥੁੱਕ ਕੇ ਉੱਧਰ ਚੱਟ ਲਿਆ। ਯਾਰ, ਪੰਜਾਬ ਦੇ ਲੋਕਾਂ ਦਾ ਅਤੇ ਪੰਜਾਬ ਦਾ ਬੇੜਾ ਬਹਾਤਾ, ਉਹ ਇਹ ਪੰਜਾਬ ਦਾ ਅਤੇ ਸਿੱਖ ਧਰਮ ਦਾ ਜਿਹੜਾ ਤੁਸੀਂ ਬੇੜਾ ਬਹਾਇਆ, ਉਹ ਸਿੱਖਾਂ ਨੂੰ ਇਨਸਾਫ ਕਦੋਂ ਦਿਓਗੇ? ਸਿੱਖਾਂ ਦੀਆਂ ਰੂਹਾਂ, ਸਿੱਖਾਂ ਦੇ ਬੱਚੇ ਨਸ਼ੇ ਨਾਲ ਤੜਫ ਤੜਫ ਕੇ ਮਰ ਰਹੇ ਹੈ, ਉਹ ਤੁਹਾਡੀ ਦੇਣ ਹੈ? ਥੁੱਕ ਲਿਆ ਅਤੇ ਚੱਟ ਲਿਆ, ਇੱਕੋ ਹੀ ਕੰਮ ਹੈ। ਚਾਹੇ ਕਾਂਗਰਸੀ ਲੀਡਰਾਂ ਦਾ ਲਾ ਲਓ, ਚਾਹੇ ਅਕਾਲੀਆਂ ਦਾ ਲਾ ਲਓ, ਅੱਜ ਸਿਆਸਤ ਦਾ ਐਡਾ ਮਾੜਾ ਹਾਲ ਹੋ ਗਿਆ। ਕਹਿੰਦੇ ਕਿ ਜਿਹੜਾ ਹੈਗਾ ਪੰਥ ਨੂੰ ਬਚਾਉਣਾ, ਅਸੀਂ ਇਕੱਠੇ ਹੋ ਕੇ ਪੰਥ ਤਾਂ ਹੀ ਬਚ ਸਕਦਾ ਜੇ ਅਸੀਂ ਇਕੱਠੇ ਹੋਵਾਂਗੇ। ਨਹੀਂ, ਜਦੋਂ ਤੁਹਾਡਾ ਰਾਜ ਸੀ, ਸੈਂਟਰ ਦੇ ਵਿੱਚ ਤੁਹਾਡੀ ਸਰਕਾਰ ਸੀ, ਅਤੇ ਉਦੋਂ ਤੁਸੀਂ ਪੰਥ ਨੂੰ ਨਹੀਂ ਬਚਾ ਸਕੇ? ਤੁਸੀਂ ਤਾਂ ਪੰਥ ਦਾ ਬੇੜਾ ਹੀ ਉਦੋਂ ਬਹਾਇਆ। ਪੰਥ ਨੂੰ ਬਚਾਉਣਾ ਹੁੰਦਾ ਤਾਂ ਜਦੋਂ ਸੱਤਾ ਦੇ ਵਿੱਚ ਆਉਂਦਾ ਨਾ, ਸੱਤਾ ਦੇ ਵਿੱਚ ਆਇਆ। ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਸਾਰੇ ਭਾਰਤ ਦੇ ਵਿੱਚ ਗੁਰੂ ਘਰਾਂ ਦੇ ਨਾਂ ਜਾਇਦਾਦਾਂ ਲਵਾਈਆਂ, ਤਾਂ ਦਰਬਾਰ ਸਾਹਿਬ 'ਤੇ ਸੋਨਾ ਚੜ੍ਹਾਇਆ। ਇਹਨਾਂ ਨੇ ਗੁਰੂ ਘਰ ਲੁੱਟੇ, ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ, ਇਹਨਾਂ ਨੇ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗਾ ਗਾ ਉਹ ਲਾਪਤਾ ਹੀ ਕਰਤੇ, ਕਿੱਧਰ ਗਏ? ਇਹਨਾਂ ਨੇ ਸਾਡੇ ਬੰਦੀ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਹੈ ਉਹਨਾਂ ਨੂੰ ਕਹਿੰਦੇ ਇਹ ਕਾਤਲ ਹੈ ਹਵਾਰਾ, ਇਹ ਉਹੀ ਬਾਦਲ ਕੇ ਕਹਿੰਦੇ ਸੀ ਉਹ ਅਕਾਲੀ ਦਲ ਹੈ ਜਿਹੜਾ ਕਹਿੰਦਾ ਕਾਤਲ ਹਵਾਰਾ, ਕੌਮ ਨੂੰ ਕੀ ਸੇਧ ਦੇ ਦੂ? ਇਹ ਲੋਕਾਂ ਨੇ ਕਿਸਾਨ ਕੁੱਟੇ, ਨੌਜਵਾਨ ਕੁੱਟੇ, ਬੇਰੁਜ਼ਗਾਰ ਕੁੱਟੇ। ਯਾਰ, ਜਦੋਂ ਜਿਹੜਾ ਸਿੱਖ ਰਾਜ ਹੈ ਨਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਹਦੇ ਵਿੱਚ ਤਾਂ ਜੇਲ੍ਹ ਵੀ ਨਹੀਂ ਸੀ। ਇਹਨਾਂ ਤਾਂ ਸਿੱਖਾਂ ਨੂੰ 30-30 ਸਾਲਾਂ ਤੋਂ ਜਿੰਨੇ ਬੰਦੀ ਸਿੰਘ ਬੈਠੇ ਉਹ ਬਾਦਲ ਕਹਿਣ ਦਾ ਫੜ ਕੇ ਅੰਦਰ ਕੀਤੇ ਆ। ਸਮੇਧ ਸੈਣੀ ਨੇ ਬੇਕਸੂਰ ਹਜ਼ਾਰਾਂ ਨੌਜਵਾਨ ਜਿਹੜੇ ਘਰਾਂ 'ਚੋਂ ਚੱਕ ਕੇ ਮਾਰੇ, ਅਤੇ ਇਹ ਸਮੇਧ ਸੈਣੀ ਨੂੰ ਇਹਨਾਂ ਨੇ DGP ਲਾ ਕੇ ਰੱਖਿਆ।
ਉਸੇ ਸਮੇਤ ਸੈਣੀ ਨੂੰ ਗੁਰਦੇਵ ਸਿੰਘ ਕੌਂਕੇ ਜਿਹਦਾ ਬੰਦ ਬੰਦ ਕੱਟ ਕੇ ਬੋਰੀ 'ਚ ਪਾ ਕੇ ਦਰਿਆ ਦੇ ਵਿੱਚ ਸੁੱਟਤਾ ਸਮੇਤ ਸੈਣੀ ਨੇ, ਅਤੇ ਅਕਾਲੀ ਦਲ ਨੇ ਉਹਦੀ ਜਿਹੜੀ ਤਿਵਾੜੀ ਦੀ ਰਿਪੋਰਟ ਹੈ ਅਕਾਲੀ ਦਲ ਦੇ ਟੇਬਲ 'ਤੇ ਪਈ ਸੀ। ਜੇ ਇਹਨਾਂ ਦਾ ਰਾਜ ਸੀ ਤਾਂ ਉਦੋਂ ਕਿਉਂ ਨਾ ਇਹਨਾਂ ਨੇ ਕੀਤਾ, ਉਦੋਂ ਕਾਰਵਾਈ ਕਰਦੇ ਅਤੇ ਸਮੇਤ ਸੈਣੀ ਵਰਗੇ ਜੇਲ੍ਹਾਂ ਭੁਗਤ ਰਹੇ ਹੁੰਦੇ ਅੱਜ। ਇਹ ਬਿਲਕੁਲ ਗਲਤ ਹੈ, ਕੋਈ ਇਹਨਾਂ ਦਾ ਨਹੀਂ, ਇਹਨਾਂ ਦਾ ਸਿਆਸੀ ਮਫਾਦ ਹੈ। ਇਹਨਾਂ ਨੂੰ ਇਹ ਪੰਜਾਬ ਦੇ ਕੇ ਸਿੱਖਾਂ ਦੇ ਵਿੱਚੋਂ ਮਹਿਣਸ ਹੋ ਚੁੱਕੇ ਹੈ, ਇਹ ਜਿੰਨਾ ਮਰਜ਼ੀ ਥੁੱਕ ਕੇ ਚੱਟੀ ਜਾਣ, ਸਿੱਖ ਇਹਨਾਂ ਨੂੰ ਹੁਣ ਮੂੰਹ ਨਹੀਂ ਲਾਉਣਗੇ। ਸਿੱਖ ਕੌਮ ਦਾ ਨੌਜਵਾਨ ਬੱਚਾ ਬੱਚਾ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਜਿਹੜਾ ਸਿੱਖ ਧਰਮ ਦਾ ਨੁਕਸਾਨ ਬਾਦਲਾਂ ਨੇ ਕੀਤਾ ਅਤੇ ਉਹ ਹੋਰ ਕਿਸੇ ਨੇ ਨਹੀਂ ਕੀਤਾ। ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਇੱਥੇ ਡਾਇਨਾਸੌਰ ਤਾਂ ਵਾਪਸ ਆ ਸਕਦਾ, ਪਰ ਅਕਾਲੀ ਕਦੇ ਵੀ ਵਾਪਸ ਨਹੀਂ ਆ ਸਕਦੀ, ਇਹ ਨਹੀਂ ਆ ਸਕਦੇ। ਇਹਨਾਂ ਨੇ ਸਿੱਖ ਧਰਮ ਦਾ ਬਹੁਤ ਵੱਡਾ ਨੁਕਸਾਨ ਕੀਤਾ, ਸਿੱਖਾਂ ਨੂੰ ਜੋ ਜਲੀਲ ਇਹਨਾਂ ਨੇ ਆਪਣੇ ਰਾਜ ਦੇ ਵਿੱਚ ਜਿਹੜਾ ਜਲੀਲ ਕੀਤਾ ਨਾ, ਅਤੇ ਸਿੱਖ ਕੌਮ ਦਾ ਜਿਹੜਾ ਇਹਨਾਂ ਨੇ ਬੇੜਾ ਬਹਾਇਆ, ਉਹ ਪਰੰਪਰਾਵਾਂ ਸਾਡੀਆਂ ਸਦਾ ਤੋਂ ਜਿਉਂਦੀਆਂ ਰਹੀਆਂ ਸੀ, ਜਿਹੜੀਆਂ ਪਰੰਪਰਾਵਾਂ ਦਾ ਇਹਨਾਂ ਨੇ ਖੁਦ ਘਾਣ ਕੀਤਾ। ਅੱਛਾ, ਉਹ ਕਹਿੰਦੇ ਸੁਵੀਰ ਦੀ ਅਸੀਂ ਅਗਵਾਈ ਦੇ ਵਿੱਚ ਮਨਜ਼ੂਰ ਹੈ, ਜੇ ਸੁਵੀਰ ਬਾਦਲ ਅਗਵਾਈ ਕਰੂਗਾ ਤਾਂ ਮਨਜ਼ੂਰ ਹੈ। ਪਹਿਲਾਂ ਸੁਵੀਰ ਬਾਦਲ ਦੀ ਅਗਵਾਈ ਤੋਂ ਤਰਾਜ਼ ਸੀ, ਹੁਣ ਸੁਖਬੀਰ ਬਾਦਲ ਚੰਗੇ ਹੋ ਗਏ? ਨਹੀਂ, ਇਹ ਤਾਂ ਦੇਖੋ ਮੈਂ ਤੁਹਾਨੂੰ ਕਹਿੰਦਾ, ਚੋਰ ਚੋਰ ਮਛੇਰੇ ਭਾਈ, ਇਹਨਾਂ ਨੇ ਤਾਂ ਸਾਰਾ ਜਿਹੜਾ ਕੰਮ ਹੈ ਇਹਨਾਂ ਦਾ, ਕੋਈ ਇਹਨਾਂ ਦਾ ਸਿਧਾਂਤ ਨਹੀਂ, ਕੋਈ ਇਹਨਾਂ ਦਾ ਵਾਸਤੇ ਲੋਕ ਮਰਦੇ ਆ ਛੁਪਦੇ ਆ ਕੁਛ ਹੈ ਇਹਨਾਂ ਵਾਸਤੇ ਕੁਛ ਨਹੀਂ। ਇਹਨਾਂ ਨੂੰ ਤਾਂ ਇੱਕ ਸੱਤਾ ਚਾਹੀਦੀ ਹੈ, ਉਹ ਚਾਹੇ ਕਿਸੇ ਨੂੰ ਮਾਰ ਕੇ ਮਿਲ ਜੇ, ਚਾਹੇ ਕਿਸੇ ਨੂੰ ਉਜਾੜ ਕੇ ਮਿਲ ਜੇ, ਚਾਹੇ ਪੰਜਾਬ ਨੂੰ ਉਜਾੜ ਕੇ ਮਿਲ ਜੇ, ਇਹੀ ਹੈ। ਇਹਨਾਂ ਦਾ ਕੋਈ ਸਿਧਾਂਤ ਨਹੀਂ ਹੈਗਾ। ਇਹ ਕੋਈ ਅਕਾਲੀ ਦਲ ਦਾ ਕਿਸੇ ਸਮੇਂ ਕੋਈ ਸਿਧਾਂਤ ਹੋਇਆ ਕਰਦਾ ਸੀ, ਸਿਧਾਂਤਾਂ 'ਤੇ ਫੈਸਲੇ ਹੋਇਆ ਕਰਦੇ ਸੀ, ਅੱਜ ਸਿਧਾਂਤ ਕਿੱਥੇ ਹੈ? ਕੀ ਅਕਾਲੀ ਦਲ ਹੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਕਰਵਾਉਂਦਾ ਫਿਰਦਾ? ਕੀ ਅਕਾਲੀ ਦਲ ਹੀ ਸਰਸੇ ਵਾਲੇ ਸਾਧ ਨੂੰ ਮਾਪੀਆਂ ਦਵਾਉਂਦਾ ਫਿਰਦਾ? ਕੀ ਅਕਾਲੀ ਦਲ ਦੇ ਘਰੋਂ ਹੀ ਉੱਥੋਂ ਚਿੱਠੀਆਂ ਲਿਖ ਲਿਖ ਕੇ ਆਉਂਦੀਆਂ ਵੀ ਸਰਸੇ ਵਾਲੇ ਸਾਧ ਨੂੰ ਮਾਫ਼ ਕੀਤਾ ਜਾਵੇ? ਕੀ ਅਕਾਲੀ ਦਲ ਹੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੰਦਾ 95,000 ਦੇ, 95,000 ਦੇ, ਕਿ ਸਰਸੇ ਵਾਲਾ ਸਾਧ ਬਹੁਤ ਵਧੀਆ, ਉਹਦੀ ਜਿਹੜੀ ਜਿਹੜਾ ਇਹ ਸੁਖਬੀਰ ਬਾਦਲ ਨੇ ਫੈਸਲੇ ਕਰੇ ਆ ਉਹ ਬਹੁਤ ਵਧੀਆ ਕਰੇ ਆ, ਸਾਨੂੰ ਉਹਦੇ ਨਾਲ ਏਕਤਾ ਕਰਨੀ ਚਾਹੀਦੀ ਹੈ। ਯਾਰ, ਸਿੱਖ ਧਰਮ ਦਾ ਜਿਹੜਾ ਜਿੰਨਾ ਅੱਜ ਸਿੱਖ ਧਰਮ ਦਾ ਨੁਕਸਾਨ ਹੋਇਆ ਸਾਡੇ ਗੁਰੂਆਂ ਪੀਰਾਂ ਦੀ ਧਰਤੀ 'ਤੇ, ਉਹ ਸਭ ਕਾਸੇ ਦੇ ਇਹ ਖੁਦ ਜ਼ਿੰਮੇਵਾਰ ਹੈ ਜਿਹੜੇ ਲੋਕਾਂ ਨੇ, ਜਦੋਂ ਸੱਤਾ ਇਹਨਾਂ ਦੇ ਹੱਥ 'ਚ ਸੀ ਅਤੇ ਇਹਨਾਂ ਨੇ ਉਸ ਸਮੇਂ ਸਿੱਖਾਂ ਦੇ ਖੂਨ ਨਾਲ ਆਪਦੇ ਹੱਥ ਹੀ ਨਹੀਂ ਰੰਗੇ, ਆਪਦੇ ਮੂੰਹ ਵੀ ਰੰਗੇ ਆ। ਇਹਨਾਂ ਨੇ ਇਸ ਤਰ੍ਹਾਂ ਨੋਚ ਨੋਚ ਕੇ ਸਿੱਖਾਂ ਨੂੰ ਅਤੇ ਸਿੱਖਾਂ ਦੇ ਕਰਦਾਰੀ ਸਿੱਖਾਂ ਦੇ ਜਿਹੜੇ ਸਿਧਾਂਤ, ਜਿਹੜੇ ਸਿਧਾਂਤਕ ਸਿੱਖ ਸੀ, ਜਿਹੜੇ ਗੁਰਦੇਵ ਸਿੰਘ ਕੌਂਕੇ ਵਰਗੇ ਸਿਧਾਂਤ 'ਤੇ ਚੱਲਣ ਵਾਲੇ ਸਿੱਖ ਸੀ, ਜਿਹੜੇ ਖਾਲੜੇ ਵਰਗੇ ਸਿਧਾਂਤ 'ਤੇ ਚੱਲਣ ਵਾਲੇ ਸਿੱਖ ਸੀ, ਉਹ ਮਰਵਾਏ ਆ ਇਹਨਾਂ ਨੇ। ਹੁਣ ਸਿੱਖ ਕੌਮ ਇਹਨਾਂ ਤੋਂ ਕੀ ਆਸ ਰੱਖ ਸਕਦੀ ਹੈ? ਅਤੇ ਮੈਂ ਤਾਂ ਇਹੀ ਕਹੂੰਗਾ ਕਿ ਇਹਨਾਂ ਤੋਂ ਪੰਜਾਬ ਦਾ ਖਹਿੜਾ ਕਦੇ ਵੀ ਜਿਹੜੇ ਨੌਜਵਾਨ ਹੈ ਅਤੇ ਖਾਸ ਕਰਕੇ ਸਿੱਖ ਕੌਮ ਇਹਨਾਂ ਨੂੰ ਕਦੇ ਵੀ ਮੂੰਹ ਨਹੀਂ ਲਾਊਗੀ, ਜਿਹੜਾ ਇਹਨਾਂ ਨੇ ਨੁਕਸਾਨ ਸਿੱਖ ਧਰਮ ਅਤੇ ਸਿੱਖ ਪਰੰਪਰਾਵਾਂ ਦਾ ਕੀਤਾ।